ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ, ਦਿੱਲੀ ਦੇ ਬਾਰਡਰਾਂ ਤੇ ਜੋ ਅੰਦੋਲਨ ਜਿਹੜਾ ਕਿ ਹੁਣ ਯੱਗ ਦੇ ਵਿੱਚ ਬਦਲ ਗਿਆ ਉਹ ਚੱਲ ਰਿਹਾ ਹੈ। ਕੇਂਦਰ ਸਰਕਾਰ ਦੇ ਬੂਹਿਆਂ ਤੇ ਕੁੰਡਾ ਖੜਕਾਉਣ ਲਈ ਅੰਦੋਲਨਕਾਰੀ ਅੰਨਦਾਤੇ ਪਹੁੰਚ ਚੁੱਕੇ ਨੇ, ਪਰ ਕੇਂਦਰ ਸਰਕਾਰ ਦਾ ਜਿਹੜਾ ਤਾਨਾਸ਼ਾਹੀ ਰਵੱਈਆ ਟਾਲ ਮਟੋਲ ਕਰਨ ਦਾ ਜਾਂ ਅੜੀਅਲ ਰਹਿਣ ਦਾ ਉਹ ਬਹੁਤ ਸ਼ਰਮਨਾਕ ਹੈ। ਦੋਸਤੋ, ਕਿਉਂਕਿ ਇਹ ਸੰਘਰਸ਼ ਬਿਲਕੁਲ ਗੈਰ ਰਾਜਨੀਤਿਕ ਹੈ ਔਰ ਅਸੀਂ ਇਹਦਾ ਸਮਰਥਨ ਵੀ ਕਰਦੇ ਹਾਂ। ਕੋਈ ਵੀ ਪੋਲੀਟੀਕਲ ਪਾਰਟੀ ਦਾ ਕੋਈ MP MLA ਜਾਂ ਕੋਈ ਅਹੁਦੇਦਾਰ ਜਿਹੜਾ ਉਹ ਉੱਥੇ ਜਿਹੜਾ ਨਹੀਂ ਜਾਂਦਾ, ਕਿਉਂਕਿ ਜਥੇਬੰਦੀਆਂ ਨੇ ਕਿਹਾ ਹੋਇਆ ਕਿ ਤੁਸੀਂ ਜਿਹੜੇ ਵੀ ਫਰੰਟ ਤੋਂ ਤੁਸੀਂ ਯੋਗਦਾਨ ਪਾ ਸਕਦੇ ਹੋ ਬਾਹਰ ਰਹਿ ਕੇ ਤੁਸੀਂ ਪਾਓ। ਸੋ ਦੋਸਤੋ, ਹਰ ਫੌਜੀ ਨੂੰ ਬੰਦੂਕ ਨਹੀਂ ਮਿਲਦੀ ਹੁੰਦੀ, ਉਹਨਾਂ ਲਈ ਨਕਸ਼ੇ ਬਣਾਉਣ ਵਾਲੇ ਵੀ ਉਨੀ ਅਹਿਮ ਹੁੰਦੇ ਨੇ, ਉਹਨਾਂ ਲਈ ਦੂਰਬੀਨਾਂ ਲਾ ਕੇ ਟਾਰਗੇਟ ਸੈੱਟ ਕਰਨ ਵਾਲੇ ਵੀ ਉਨੀ ਅਹਿਮ ਹੁੰਦੇ ਨੇ, ਉਹਨਾਂ ਲਈ ਗੋਲਾ ਬਰੂਦ ਲੈ ਕੇ ਆਉਣ ਵਾਲੇ ਵੀ ਉਨੀ ਹੁੰਦੇ ਨੇ, ਉਹਨਾਂ ਲਈ ਲੰਗਰ ਛਕਾਉਣ ਵਾਲੇ ਵੀ ਉਨੀ ਹੁੰਦੇ ਨੇ। ਸੋ ਇਸ ਕਰਕੇ ਇੱਕ ਯੰਗ ਹੈ, ਇੱਕ ਯੁੱਧ ਹੈ, ਇਹਦੇ ਵਿੱਚ ਜਿਹੜਾ ਵੀ ਜਿੱਥੇ ਯੋਗਦਾਨ ਪੈਂਦਾ ਉਹ ਪਾ ਰਿਹਾ ਹੈ, ਭਾਵੇਂ ਕੋਈ ਟਵਿੱਟਰ ਦੇ ਅਕਾਊਂਟ ਬਣਾ ਕੇ, ਭਾਵੇਂ ਟਰਾਲੀ ਟਾਈਮਸ ਵਰਗੇ ਅਖਬਾਰ ਜਿਹੜੇ ਨੇ ਉਹ ਉੱਥੇ ਮੁਹੱਈਆ ਕਰਾ ਕੇ, ਭਾਵੇਂ ਕੋਈ ਗੀਜ਼ਰ ਮੁਹੱਈਆ ਕਰਾ ਰਿਹਾ, ਕਿਸੇ ਨੇ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਨੇ, ਕਿਸੇ ਨੇ ਸੋਲਰ ਪੈਨਲ ਮੋਬਾਈਲ ਚਾਰਜ ਕਰਨ ਵਾਸਤੇ ਦਿੱਤਾ, ਤੋਂ ਆਪਦਾ ਆਪਦਾ ਯੋਗਦਾਨ ਹਰੇਕ ਬੰਦਾ ਪਾ ਰਿਹਾ। ਸਾਡੇ ਵੀ ਹਜ਼ਾਰਾਂ ਦੀ ਗਿਣਤੀ 'ਚ ਵਲੰਟੀਅਰ ਜਿਹੜੇ ਨੇ ਉਹ ਬਾਰਡਰਾਂ 'ਤੇ ਬੈਠੇ ਨੇ, ਨਾ ਕੋਈ ਕਿਸੇ ਟਰੈਕਟਰ 'ਤੇ ਜਾਂ ਕਿਸੇ ਵੀ ਗੱਡੀ 'ਤੇ ਉਹਨਾਂ ਦਾ ਕੋਈ ਪਾਰਟੀ ਦਾ ਝੰਡਾ। ਅਸੀਂ ਕਿਹਾ ਕਿ MP MLA ਅਹੁਦੇਦਾਰ ਵਲੰਟੀਅਰ ਬਾਅਦ 'ਚ, ਪਹਿਲਾਂ ਕਿਸਾਨ ਆ, ਕਿਸਾਨਾਂ ਦੇ ਪੁੱਤ ਭਤੀਜੇ। ਦੋਸਤੋ, ਸਰਕਾਰ ਨੇ ਬਹੁਤ ਜ਼ੋਰ ਲਾ ਲਿਆ ਉਹਨਾਂ ਨੂੰ ਆਪਸ ਦੇ ਵਿੱਚ ਫੁੱਟ ਪਾਉਣ ਦਾ। ਕਦੇ ਕਹਿੰਦੇ ਨੇ ਇਹ ਤਾਂ ਗੁੰਡੇ ਨੇ, ਹੁੱਲੜਬਾਜ਼ ਨੇ, ਮਾਓਵਾਦੀ ਨੇ, ਨਕਸਲਵਾਦੀ ਨੇ, ਪਤਾ ਨਹੀਂ ਕੀ ਉਹਨਾਂ 'ਤੇ ਇਲਜ਼ਾਮ ਲਾਏ ਨੇ, ਪਰ ਜੋ ਜੋਸ਼ ਦੇ ਨਾਲ ਨਾਲ ਹੋਸ਼ ਕਾਇਮ ਰੱਖਿਆ ਹੋਇਆ ਉਹਦੇ ਲਈ ਵਧਾਈ ਦਿੰਦੇ ਹਾਂ। ਅਸੀਂ ਨੈਸ਼ਨਲ ਮੀਡੀਆ 'ਤੇ ਜਦੋਂ ਵੀ ਮੌਕਾ ਮਿਲਦਾ ਅਸੀਂ ਕਿਸਾਨਾਂ ਦਾ ਜਿਹੜਾ ਪੱਖ ਰੱਖਦੇ ਹਾਂ ਉੱਥੇ, ਤਾਂ ਕਿ ਇਹ ਜਿਹੜਾ ਸੰਘਰਸ਼ ਹੈ ਇਹਨੂੰ ਹਰ ਪਾਸੇ ਤੋਂ ਕੋਈ ਮੋਰਚਾ ਵਿਹਲਾ ਨਾ ਆਪਾਂ ਛੱਡੀਏ। ਪਿਛਲੇ 4 ਮਹੀਨਿਆਂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਉਦੋਂ ਵੀ ਅਸੀਂ ਨਾਲ ਹਾਂ, ਅੱਜ ਵੀ ਨਾਲ ਹਾਂ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ਸਰਕਾਰ ਜਿਹੜੀ ਆ ਨੋਨ ਪੋਲੀਟੀਕਲ ਗੈਰ ਰਾਜਨੀਤਿਕ ਰਹਿ ਕੇ ਸਾਡੇ ਜਿਹੜੇ MLA ਨੇ ਦਿੱਲੀ ਦੇ ਜਾਂ ਮੰਤਰੀ ਨੇ ਉਹ ਬਾਰਡਰਾਂ ਦੇ ਉੱਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਨੇ, ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਉੱਥੇ ਪਹੁੰਚਾਉਂਦੇ ਨੇ। ਕਿਉਂਕਿ ਵੈਸੇ ਤਾਂ ਇੰਨਾ ਲੰਮਾ ਚੱਲਣਾ ਨਹੀਂ ਚਾਹੀਦਾ ਸੀ ਜੇ ਸਰਕਾਰ ਜਿਹੜੀ ਹੈ ਉਹ ਥੋੜ੍ਹਾ ਬਹੁਤ ਵੀ ਮਤਲਬ ਨਰਮ ਦਿਲੀ ਦਿਖਾਉਂਦੀ ਜਾਂ ਦਰਿਆ ਦਿਲੀ ਦਿਖਾਉਂਦੀ। ਇੱਕ ਆੜਤੀ ਜਿਹੜੇ, ਕਿਉਂਕਿ ਹੁਣ ਆੜਤੀ ਵੀ ਨਾਲ ਆ ਗਏ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਮੰਡੀ ਖਤਮ ਹੋ ਗਈ ਅਸੀਂ ਵੀ ਪੱਟੇ ਜਾਵਾਂਗੇ, ਆੜਤੀ ਵੀ ਪਹੁੰਚ ਚੁੱਕੇ ਨੇ। ਇਸ ਸੰਘਰਸ਼ ਦੇ ਦਰਖਤ ਨੂੰ ਹੁਣ ਟਾਹਣੀਆਂ ਉੱਗ ਪਈਆਂ, ਅਲੱਗ ਅਲੱਗ ਵਰਗਾਂ ਦੇ ਲੋਕ ਇਹਦੇ ਵਿੱਚ ਆ ਕੇ ਸ਼ਾਮਲ ਹੋ ਗਏ, ਤਾਂ ਸਰਕਾਰ ਜਿਹੜੀ ਆੜਤੀਆਂ 'ਤੇ ਇਨਕਮ ਟੈਕਸ ਦੇ ਛਾਪੇ ਮਾਰਨ ਲੱਗ ਗਏ, ਉਹਨਾਂ ਨੂੰ ਡਰਾਉਣ ਲੱਗ ਗਏ। ਮਤਲਬ ਕੋਈ ਤਰੀਕਾ ਛੱਡਿਆ ਨਹੀਂ ਸਰਕਾਰ ਨੇ ਕਿ ਇਹ ਸੰਘਰਸ਼ ਨੂੰ ਕਿਵੇਂ ਆਪਾਂ ਤਾਰ ਪੀੜੋ ਕਰੀਏ, ਇਹਨੂੰ ਕਮਜ਼ੋਰ ਕਰੀਏ। ਮੈਂ ਇੱਕ ਹੋਰ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਿਆ ਕਿ ਜਿਹੜਾ ਖੁਦਕੁਸ਼ੀਆਂ ਵਾਲਾ ਜਿਹੜਾ ਪਿਛਲੇ 2-3 ਦਿਨਾਂ ਤੋਂ ਰੁਝਾਨ ਚੱਲਿਆ ਇਹ ਵੀਰੋ ਦੁੱਖਦਾਇਕ ਹੈ। ਦੇਖੋ, ਜਦੋਂ ਆਪਾਂ ਜੰਗ ਜਮਾਂ ਜਿੱਤੀ ਬੈਠੇ ਹਾਂ, ਜਮਾਂ ਬਸ ਜਿੱਤ ਦੇ ਕਿਨਾਰੇ 'ਤੇ ਬੈਠੇ ਹਾਂ, ਉੱਥੇ ਖੁਦਕੁਸ਼ੀ ਕਰਨ ਨਾਲ ਨਾ ਸਿਰਫ ਤੁਹਾਡੇ ਪਰਿਵਾਰ ਨੂੰ ਸਾਰੀ ਉਮਰ ਦਾ ਦੁੱਖ ਹੋਊਗਾ, ਕਈ ਪੀੜ੍ਹੀਆਂ ਤੱਕ ਦੁੱਖ ਜਿਹੜਾ ਉਹ ਜਾਣਾ ਨਹੀਂ, ਜ਼ਖਮ ਭਰਨੇ ਨਹੀਂ। ਉੱਥੇ ਸੰਘਰਸ਼ ਕਰ ਰਹੇ ਤੁਹਾਡੇ ਨਾਲ ਦੇ ਸਾਥੀਆਂ ਦਾ ਵੀ ਥੋੜ੍ਹਾ ਜਿਹਾ ਮੋਰਾਲ ਜਿਹੜਾ ਡਾਊਨ ਹੁੰਦਾ। ਆਪਾਂ ਜਿੱਤੀ ਬੈਠੇ ਹਾਂ, ਹੁਣ ਆਪਾਂ ਨੂੰ ਖੁਦਕੁਸ਼ੀਆਂ ਕਰਨ ਦੀ ਲੋੜ ਨਹੀਂ, ਹੁਣ ਆਪਾਂ ਨੂੰ ਇਸ ਸੰਘਰਸ਼ ਦੇ ਵਿੱਚ ਥੋੜ੍ਹਾ ਜਿਹਾ ਸਬਰ ਰੱਖ ਕੇ ਬਸ ਬੂਹੇ 'ਤੇ ਦਸਤਕ ਦਿੱਤੀ ਪਈ ਹੈ ਜਿੱਤ ਨੇ, ਅਤੇ ਜਿੱਤ ਦਾ ਕੁੰਡਾ ਜਿਹੜਾ ਉਹ ਖੋਲ੍ਹਣ ਵਾਲੀ ਹਾਂ। ਸੋ ਮੈਂ ਇਹੀ ਇੱਕ ਬੇਨਤੀ ਕਰਦਾ ਕਿ ਹੌਸਲਾ ਰੱਖੋ ਔਰ ਸਾਡੇ ਵੱਲੋਂ ਜਿੰਨਾ ਸਾਨੂੰ ਮਤਲਬ ਸਰਦਾ ਹੈ ਸਾਡੇ ਵੱਲੋਂ ਉਹਨਾਂ ਯੋਗਦਾਨ ਪਾਇਆ ਜਾ ਰਿਹਾ। ਪਰ ਮੈਂ ਫੇਰ ਕਹਿਣਾ, ਕਿਉਂਕਿ ਕਈ ਵੀਰ ਮੈਨੂੰ ਪੁੱਛ ਲੈਂਦੇ ਮਾਨ ਸਾਹਿਬ ਤੁਸੀਂ ਕਿਹੜੇ ਫਰੰਟ ਤੋਂ ਕੰਮ ਕਰ ਰਹੇ ਹੋ, ਮੈਂ ਉਹਨਾਂ ਨੂੰ ਕਹਿਣਾ ਕਿ ਕਿਉਂਕਿ ਗੈਰ ਰਾਜਨੀਤਿਕ ਸੰਘਰਸ਼ ਹੈ ਇਸ ਕਰਕੇ ਸ਼ਾਇਦ ਅਸੀਂ ਸਟੇਜ 'ਤੇ ਨਜ਼ਰ ਨਾ ਆਈਏ, ਕਿਉਂਕਿ ਜਿੱਥੇ ਸਾਡੀ ਬੋਲਣ ਦੀ ਡਿਊਟੀ ਲੱਗੀ ਹੋਈ ਹੈ ਉੱਥੇ ਅਸੀਂ ਬੋਲਦੇ ਹਾਂ। ਪਾਰਲੀਮੈਂਟ ਇਹਨਾਂ ਨੇ ਨਹੀਂ ਚਲਾਈ, ਕੋਈ ਗੱਲ ਨਹੀਂ, ਜਨਵਰੀ ਦੇ ਵਿੱਚ ਆਊਗਾ ਬਜਟ ਦਾ ਸੈਸ਼ਨ, ਉਦੋਂ ਬੋਲਾਂਗੇ, ਪੱਖ ਰੱਖਾਂਗੇ। ਪਰ ਜਿੱਥੇ ਜਿੱਥੇ ਸਾਡਾ ਚਾਹੇ ਮੀਡੀਆ ਰਾਹੀਂ, ਚਾਹੇ ਲੰਗਰ ਲਾ ਕੇ, ਚਾਹੇ ਕਿਸੇ ਵੀ ਤਰ੍ਹਾਂ ਨਾਲ ਅਸੀਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਾਂ ਕੁਛ ਮੇਰੇ ਦੋਸਤ ਮਿੱਤਰ ਉਹਨਾਂ ਦੀਆਂ ਜਥੇਬੰਦੀਆਂ 'ਚ ਕੰਮ ਕਰਦੇ ਨੇ, ਉਹਨਾਂ ਨਾਲ ਇਨ ਟੱਚ ਆ, ਹਰ ਘੰਟੇ ਘੰਟੇ 2-2 ਘੰਟੇ ਬਾਅਦ 3-3 ਘੰਟੇ ਬਾਅਦ ਗੱਲ ਕਰਦੇ ਹਾਂ ਕੀ ਚਾਹੀਦਾ, ਹੋਰ ਦੱਸੋ ਕੀ ਕਰੀਏ। ਸੋ ਸਾਡੇ ਵੱਲੋਂ ਜਿੰਨੀ ਵੀ ਦਿੱਲੀ ਸਰਕਾਰ ਵੱਲੋਂ ਸੇਵਾ ਭਾਵਨਾ ਨਾਲ ਸੇਵਾਦਾਰ ਬਣ ਕੇ ਜਿਹੜੀ ਸੇਵਾ ਹੋਈ ਅਸੀਂ ਉਹ ਕਰਦੇ ਰਹਾਂਗੇ। ਬਾਕੀ ਮੈਨੂੰ ਉਮੀਦ ਹੈ
कि केंद्र सरकार दी जड़ा जड़ियां हिलियां पईयां ने ते ओ हुण आने बहाने जे ला के कुछ ना कुछ करना चाहते ने, पर जोश ते होश दोनों कायम ने। इस गल लई बहुत बहुत तुहानू सारयां नू मैं मुबारकबाद दिना ते नाल नाल जिन्ने भी संघर्षी योधे उत्थे बैठे ने मैं उन्हां दी चाहे मावां ने भैणां ने बजुर्ग ने बच्चे ने इक भाईचारक सांझ जिहड़ी बनी है पूरी दुनिया दे विच पंजाबियां दी जो इहदे नाल शाख जिहड़ी है उच्ची हुई है उहदे लई भी तुहानू वधाई दिना। इसे तरह हौसले बना के रखियो, असीं जिथे भी हां साडा दिल साडी आत्मा तुहाडे कोल है। असीं कदे पंजाब च आउने आ, कदे फिर दिल्ली जाने आ, कदे NDTV ते कदे होर मीडिया चैनलां ते बह के असीं किसान दा पक्ष रखदे आ कि हर पासिओं मारू कानून ने। मैं आउण वाले एक दो दिनां दे विच क्योंकि मैं उस कमेटी का मैंबर हाँ जिहदे विच FCI भी हैगी है, मैं आने वाले एक दो दिनों के तुहानू हैरानीजनक करने वाले खुलासे मैं उन्होंने तो मंगवाए ने, शायद अज कल च मैनू मिल जाएंगे। मैं तुहानू दसूंगा कि किस तरह ये कानून का अगे अपने ते असर पाऊगा। बहुत बहुत धन्यवाद, लगे रहो, जितांगे लड़ांगे, जितांगे लड़ांगे।